पंजाब सरकार वालों नशा रोकण के दाव्यां दी गुरदासपुर विच नशे ने एक होर घर तबाह कर दिता। 18 साल का नौजवान मनीष कुमार नशा करके पागल हो गया। घर विच इकला नरक भरी जिंदगी जीने लई मजबूर है। आस पास के लोगों ने नौजवान नूं काबू करके समाजिक संस्थावां तों मदद की गुहार लगाई है। आख्या कि इस नौजवान की मदद की जाए। ये बच्चे का जरा ना यदा मैंटली एपसड हो कि थोड़ा जो भंग भुंग पीनी शुरू हो गया करके निकी उम्र मैंटली एपसड हो गया। साढ़े महल के एम सी साहब भी दरबारी उन्होंने भी इन्हू बहुत कोशिश की सुधारण की पर इन्हें किसी के कहते टलिया नहीं है। ठीक है जी, असं तो यही हाथ जोड़ के गुजारिश करते हैं सारे गाड़ी संस्थावान गाड़ी कि इनू तो यदि मम्मी लिया के जाया जाए क्योंकि वह भी मैंटली एपसड है ये वागू ही तो इन दोनों का इलाज करवाया जाए। ਕਿੰਨੀ ਉਮਰ 'ਚ ਨਸ਼ਾ ਨੁਸ਼ਾ ਕਰਨਾ ਸ਼ੁਰੂ ਹੋ ਗਿਆ ਜੀ? ਇਹ 15-16 ਸਾਲ ਦੀ ਉਮਰ ਦੇ ਵਿੱਚ ਜੀ। ਪਹਿਲਾਂ ਚੰਗਾ ਭਲਾ ਕੰਮ ਕਰਦਾ ਰਿਹਾ ਵਾ, ਫੱਟਿਆਂ ਵਾਲੀ ਦੁਕਾਨ 'ਤੇ ਫੱਟੇ ਢੋਣੇ ਸਭ ਕੁਛ ਕਰਨਾ, ਰੋਟੀ ਪਾਣੀ ਖਾਣਾ ਸਭ ਕੁਛ ਕਰਨਾ ਅਤੇ ਉਸ ਤੋਂ ਬਾਅਦ ਇਹਦਾ ਇਹ 1.5-2 ਸਾਲ ਹੋ ਚੁੱਕਿਆ। ਇਹ ਤਾਂ ਘੱਟੋ ਘੱਟ 4-5 ਮਹੀਨੇ ਹੋ ਚੁੱਕੇ ਨਹਾਤੇ ਦਿਨ। ਅੱਗੇ ਪਿੱਛੇ ਕੌਣ ਇਹਦੇ ਹੁਣ? ਇਹਦੇ ਅੱਗੇ ਪਿੱਛੇ ਇੱਕ ਇਹਦੀ ਭੈਣ ਆ, ਉਹ ਵੀ ਵਿਆਹੀ ਵਰੀ ਦੀ ਆ ਅਤੇ ਕੋਈ ਆਪਣੀ ਭੈਣ ਆਪਣਾ ਬੱਚਾ ਘਰ ਬਾਰ ਛੱਡ ਕੇ ਕਿੱਦਾਂ ਕਿਸੇ ਦਾ ਦੇਖਭਾਲ ਕਰ ਸਕਦੀ ਹੈ ਕਿਉਂਕਿ ਇਹ ਜਦੋਂ ਇਹਨੂੰ ਦੌਰਾ ਪੈਂਦਾ ਵਾ ਇਹ ਤਾਂ ਅਗਲੇ ਬੰਦੇ ਨੂੰ ਮਾਰਨ ਤੱਕ ਜਾਂਦਾ ਵਾ। ਸਾਰੇ ਛੱਡ ਗਏ? ਹਾਂਜੀ, ਯਾਨੀ ਕਿ ਇਹਦੀ ਮਾਂ ਵੀ ਹੈ, ਉਹ ਇਸ ਟਾਈਮ ਕੱਲ੍ਹ ਆਈ ਦੀ ਸੀਗੀ ਇੱਥੇ, ਇਸ ਟਾਈਮ ਇੱਥੇ ਹੈ ਹੈ। ਉਹ ਉਹਨੂੰ ਵੀ ਇੱਟਾਂ ਮਾਰ ਮਾਰ ਕੇ ਮਾਰਨ ਲੱਗਾ ਸੀਗਾ ਅਤੇ ਉਹ ਡਰਦੀ ਮਾਰੀ ਆਪਣੇ ਪੇਕੇ ਚੱਲ ਗਈ। ਕੀ ਮੰਗ ਕਰਦੇ ਜੀ? ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਜਿਹੜਾ ਇਲਾਜ ਕਰਵਾਏ ਅਤੇ ਇਹ ਨਸ਼ੇ ਦਾ ਬਹੁਤ ਆਦੀ ਹੋ ਗਿਆ ਸੀ। ਅਸੀਂ ਸੋਚਦੇ ਹਾਂ ਵੀ ਇਹਨੂੰ ਕੋਈ ਸੱਚਾ ਲੈ ਜਾਏ, ਇਹਦੀ ਦੇਖਭਾਲ ਇਹਨਾਂ ਦੀ ਕਰੇ, ਮਾਂ ਦੀ ਵੀ ਕਰੇ, ਇਹਦੀ ਵੀ ਕਰੇ ਕਿਉਂਕਿ ਇਹ ਵੀ ਦਿਹਾੜੀ ਮਜ਼ਦੂਰ ਦਾ। ਪਹਿਲਾਂ ਬਹੁਤ ਸੋਹਣਾ ਕੰਮ ਕਰਦਾ ਸੀ, ਇਹ ਡੇਅਰੀ 'ਤੇ ਲੱਗਾ ਹੁੰਦਾ ਰਿਹਾ, ਸੀਮਿੰਟ ਦੀ ਦੁਕਾਨ 'ਤੇ ਲੱਗਾ ਹੁੰਦਾ ਰਿਹਾ। ਇਹਨੂੰ ਬੰਦੇ ਸਵੇਰੇ ਸੱਦਣ ਆਉਂਦੇ ਰਹੇ ਤੜਕੇ, ਇੱਕ ਮਿੰਟ ਨਹੀਂ ਲਾਉਂਦਾ ਰਿਹਾ, ਉੱਠ ਕੇ ਬਾਹਰ ਆ ਜਾਂਦਾ ਰਿਹਾ, ਉਹਨਾਂ ਨਾਲ ਕੰਮ ਕਾਰ ਕਰਦਾ ਰਿਹਾ ਹੈ ਅਤੇ ਉਹਨਾਂ ਕੋਲ ਪੈਸੇ ਲੈ ਕੇ ਮੁੜ ਕੇ ਮੈਡੀਕਲ ਸਟੋਰ 'ਤੇ ਜਾ ਕੇ ਗੋਲੀਆਂ ਖਾਂਦਾ ਰਿਹਾ ਜੀ। ਇਹ ਗੋਲੀਆਂ ਮੁੜ ਕੇ ਬੰਦ ਹੋ ਗਈਆਂ, ਇਹਨੂੰ ਨਹੀਂ ਮਿਲੀਆਂ, ਇਹ ਮੁੜ ਕੇ ਭੰਗ ਪੀਣੀ ਚਾਲੂ ਕਰਤੀ ਇਹਨੂੰ। ਮੁੜ ਕੇ ਇਹਨੇ ਸਮਾਨ ਸਮੂਨ ਆਪਣਾ ਜੋ ਵੀ ਖਿੜਕੀਆਂ ਲਾ ਕੇ ਸਭ ਕੁਝ ਵੇਚ ਬੂਝ ਦਿੱਤਾ ਜੀ। ਪੱਖਿਆਂ ਤੱਕ ਵੇਚਤੀ ਜੀ, ਪੇਟੀਆਂ ਤੱਕ ਵੇਚਦੇ ਆ ਜੀ, ਟਰੰਕਾਂ ਤੱਕ ਵੇਚਦੇ ਆ ਜੀ ਇਹਨੂੰ। ਹੁਣ ਕੀ ਹਾਲਾਤ ਹੋ ਗਏ ਇਹ? ਹੁਣ ਹਾਲਾਤ ਬਹੁਤ ਮਾੜੇ ਆ ਜੀ, ਇਹ ਲੈਟਰਿੰਗ ਬਾਥਰੂਮ ਸਭ ਕੁਝ ਅੰਦਰ ਹੀ ਕਰ ਰਹੇ ਆ ਅਤੇ ਅੱਗੇ ਮੈਂ ਆਪਣੀ ਘਰ ਦੀ ਨੂੰ 50,000 ਰੁਪਇਆ ਲਾ ਕੇ ਮੈਂ ਬਚਾਇਆ ਮਹਾਂ ਜੀ। ਮੰਗ ਇਹੀ ਕਰਨੇ ਆ ਵੀ ਜਿਹੜੀ ਨਵੀਂ ਆਪਣੀ ਉਝਾਰਤ ਆਈ ਆ ਉਹ ਸਾਡੇ ਵੱਲ ਦੇਖਣ ਅਤੇ ਅਸੀਂ ਤਾਂ ਬਹੁਤ ਗਰੀਬ ਬੰਦੇ ਹਾਂ ਜੀ। ਪੰਜਾਬ ਟੂਡੇ 24 ਲਈ ਗੁਰਦਾਸਪੁਰ ਤੋਂ ਲੱਕੀ ਗੁਰਦਾਸਪੁਰ ਦੀ ਰਿਪੋਰਟ।